ਜੀ ਸਰ, ਇੱਕ ਸ਼ਹਿਰ ਦੇ ਅੰਦਰ ਹੀ ਆਪ ਕੂੜਾ ਟਿੱਪਰ ਨਹੀਂ, ਇਹਨਾਂ ਦੇ ਕੀ ਹਾਲਾਤ ਅੱਜ ਕੱਲ੍ਹ ਦੀ ਗੱਲ ਕਰੀਏ? ਜਾਣਗੇ ਟਿੱਪਰ ਬਹੁਤ ਸਾਰੇ ਸ਼ਹਿਰ ਦੇ ਅੰਦਰ, ਇਹਦੇ ਵਿੱਚ ਕਾਫੀ ਇਹਦੇ ਵਿੱਚੋਂ ਕੰਡਮ ਹੋਏ ਹੋਏ ਹੈ। ਪਿਛਲੀ ਵਾਰੀ ਹਾਊਸ ਦੇ ਵਿੱਚ ਡਿਸਾਈਡ ਹੋਇਆ ਸੀਗਾ ਕਿ ਇੱਕ ਬੋਰਡ ਬਣਾ ਕੇ ਜਿਹੜੇ ਕੰਡਮ ਟਿੱਪਰ ਹੈਗੇ ਹੈ ਉਹਨਾਂ ਨੂੰ ਬੋਰਡ ਆਊਟ ਕਰ ਦਿੱਤਾ ਜਾਵੇ ਅਤੇ ਟਰੈਕਟਰ ਟਰਾਲੀਆਂ ਲਈਆਂ ਜਾਣ। ਸਾਡਾ 20 ਟਰੈਕਟਰ ਅਤੇ 20 ਟਰਾਲੀਆਂ ਦਾ ਮਤਾ ਪਾਸ ਹੋ ਗਿਆ ਸੀਗਾ। ਇਹਦੇ ਵਿੱਚੋਂ ਅਸੀਂ 15 ਟਰਾਲੀਆਂ ਅਤੇ 15 ਟਰੈਕਟਰਾਂ ਦਾ ਟੈਂਡਰ ਜਿਮ 'ਤੇ ਲਾਤਾ ਹੈ। ਟਰੈਕਟਰਾਂ ਦਾ ਮੇਰੇ ਖਿਆਲ ਹੋਰ 5 ਦਿਨ 'ਚ ਟੈਂਡਰ ਖੁੱਲ੍ਹ ਜੂਗਾ, ਟਰਾਲੀਆਂ ਦਾ 15 ਦਿਨ 'ਚ ਖੁੱਲ੍ਹ ਜੂਗਾ। ਉਨੀ ਦੇਰ ਅਸੀਂ ਕਿਰਾਏ 'ਤੇ ਟਰੈਕਟਰ ਟਰਾਲੀਆਂ ਲੈ ਲਈਏ ਅਤੇ ਉਹ ਹੁਣ ਹਾਊਸ ਟੂ ਹਾਊਸ ਜਾ ਕੇ ਚੁੱਕਣਗੀਆਂ। ਸ਼ਹਿਰ ਵਾਸੀਆਂ ਫਿਰ ਜਿਹੜੇ ਇਸ ਟਾਈਮ ਹਾਲਾਤ ਨਹੀਂ ਬਣੇ ਹੋਏ, ਲੋਕਾਂ ਦਾ ਕਹਿਣਾ ਕਿ ਇੱਥੇ ਹਫ਼ਤਾ ਤੱਕ ਨਹੀਂ ਆ ਰਹੇ ਟਿੱਪਰ, ਹੁਣ ਫਿਰ ਉੱਥੋਂ ਆਪਣੇ ਆਪ ਨਹੀਂ, ਇਹ ਤਾਂ ਆਲਰੇਡੀ ਜਿੱਥੇ ਜਿੱਥੇ ਨਹੀਂ ਆਏ ਉਹ ਸਾਡੇ ਆਫਿਸਰਸ ਨਾਲ ਸੰਪਰਕ ਕਰਨ, ਐਸੀ ਤਾਂ ਕੋਈ ਗੱਲ ਨਹੀਂ ਹੈ। ਕੋਈ ਨਾ ਕੋਈ ਕਿ ਇੱਕ ਅੱਧਾ ਮੱਲਾ ਰਹਿ ਗਿਆ ਹੋਊਗਾ, ਬਟ ਜ਼ਿਆਦਾਤਰ ਆਲਰੇਡੀ ਚੁੱਕਿਆ ਗਿਆ ਹੈ ਜਿੰਨਾ ਵੀ ਕੂੜਾ ਹੈ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।